ਪਿਆਰੇ ਵੀਰੋ ਸਲਾਮ ਵੀਰੋ, ਮੈਂ ਨਾ ਪੈਰਾਨੋਰਮਲ ਬਾਰੇ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਵੀ ਆਪਾਂ ਸੀਰੀਜ਼ ਸ਼ੁਰੂ ਕਰਨੀ ਹੈ, ਪਰ ਮੈਨੂੰ ਲੱਗਿਆ ਵੀ ਦੁਨੀਆ ਭਰ ਦੇ ਵਿੱਚ ਜਿੰਨੇ ਵੀ ਲੋਕ ਨੇ ਉਹ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਮਤਲਬ ਸਭ ਤੋਂ ਪਹਿਲੀ ਜਿਹੜੀ ਪੈਰਾਨੋਰਮਲ ਦੇ ਪ੍ਰਤੀ ਉਤਸੁਕਤਾ ਜਾਗਦੀ ਹੈ ਉਹ ਗੋਸਟ ਤੋਂ ਜਾਗਦੀ ਹੈ। ਭੂਤਾਂ ਦੇ ਬਾਰੇ ਹਰ ਬੰਦੇ ਦੇ ਮਨ ਦੇ ਵਿੱਚ ਇੱਧਰੋਂ ਉੱਧਰੋਂ ਆਪਾਂ ਆਪਣੇ ਬਜ਼ੁਰਗਾਂ ਤੋਂ ਆਲੇ ਦੁਆਲੇ ਤੋਂ ਹਮੇਸ਼ਾ ਸਟੋਰੀਆਂ ਸੁਣਦੇ ਆ ਰਹੇ ਹਾਂ, ਜਾਂ ਕੁਛ ਲੋਕਾਂ ਦੇ ਨਿੱਜੀ ਤਜਰਬੇ ਵੀ ਹੁੰਦੇ ਨੇ। ਇਸ ਕਰਕੇ ਆਪਾਂ ਸਭ ਤੋਂ ਪਹਿਲਾਂ ਮੈਨੂੰ ਲੱਗਿਆ ਵੀ ਆਪਾਂ ਨੂੰ ਭੂਤਾਂ ਦੇ ਉੱਤੇ, ਗੋਸਟਸ ਦੇ ਉੱਤੇ, ਜਦੋਂ ਮੈਂ ਕਲਾਸ ਦੇ ਵਿੱਚ ਪੜ੍ਹਾਉਂਦਾ ਆਪਣਾ ਸਬਜੈਕਟ ਪੈਰਾਨੋਰਮਲ ਸਟੱਡੀਜ਼ ਦੇ ਬਾਰੇ, ਤਾਂ ਹਮੇਸ਼ਾ ਵਿਦਿਆਰਥੀ ਇਹਦੇ ਬਾਰੇ ਗੱਲ ਕਰਦੇ, ਤਾਂ ਮੈਨੂੰ ਲੱਗਿਆ ਵੀ UFO ਤੋਂ, ਏਲੀਅਨ ਤੋਂ ਵੀ ਪਹਿਲਾਂ ਮੈਨੂੰ ਜਿਹੜੀ ਹੈ ਗੋਸਟਸ ਦੇ ਉੱਤੇ ਗੱਲ ਕਰਨੀ ਚਾਹੀਦੀ ਹੈ ਤੁਹਾਡੇ ਨਾਲ। ਵੀਰੋ ਗੱਲ ਐਂ ਆ ਵੀ ਦੋ ਤਰ੍ਹਾਂ ਦੀਆਂ ਜਿਹੜੀਆਂ, ਇਹ ਕੀ ਹੁੰਦਾ, ਮੈਗਨੈਟਿਕ ਅਨੋਮਲੀਜ਼ ਹੁੰਦੀਆਂ, ਧਰਤੀ ਦੀ ਖਿੱਚ ਸ਼ਕਤੀ ਦੇ ਨਾਲ ਜਿਹੜਾ ਕੁਛ ਮੈਗਨੈਟਿਕ ਇਨਫਲੂਐਂਸ ਪੈਦਾ ਹੁੰਦਾ, ਪ੍ਰਭਾਵ ਪੈਦਾ ਹੁੰਦਾ, ਕਿਰਨਾਂ ਪੈਦਾ ਹੁੰਦੀਆਂ ਨੇ, ਉਹਦੇ ਕਰਕੇ ਜਿਹੜੀ ਇਲੈਕਟ੍ਰੋਮੈਗਨੈਟਿਕ ਫ੍ਰੀਕੁਐਂਸੀ ਹੁੰਦੀ ਆ ਉਹਦੇ ਅਸਰ ਹੁੰਦੇ ਨੇ। ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਤਾਂ ਪੋਜ਼ਿਟਿਵ ਮੈਗਨੈਟਿਕ ਅਨੋਮਲੀਜ਼ ਹੁੰਦੀਆਂ ਨੇ, ਦੂਜੀਆਂ ਜਿਹੜੀਆਂ ਨੇ ਨੈਗੇਟਿਵ ਮੈਗਨੈਟਿਕ ਅਨੋਮਲੀਜ਼ ਹੁੰਦੀਆਂ ਨੇ। ਹੁਣ ਜਿਹੜੇ ਤਾਂ ਮਤਲਬ ਆਪਾਂ ਸੁਣਦੇ ਹਾਂ ਜਿਹੜੇ ਗਾਰਜੀਅਨ ਐਂਜਲਸ ਹੋ ਗਏ, ਚਮਤਕਾਰਾਂ ਵਾਲੀਆਂ ਚੀਜ਼ਾਂ ਹੋ ਗਈਆਂ, ਪੋਰਟਲਸ ਹੋ ਗਏ, ਇਹ ਤਾਂ ਸਾਰੇ ਜਿਹੜੇ ਨੇ ਪੋਜ਼ਿਟਿਵ ਮੈਗਨੈਟਿਕ ਅਨੋਮਲੀਜ਼ ਚਾਹੁੰਦੇ ਨੇ। ਜਿਹੜੇ ਭੂਤ ਪ੍ਰੇਤ ਡੀਮਨਸ ਹੋ ਗਏ ਜਾਂ ਛਲੇਡਾ ਹੋ ਗਿਆ, ਛਲਾਵਾ ਕਹਿ ਦਿੰਦੇ ਆ ਜਿਹਨੂੰ, ਇਹ ਸਾਰੇ ਜਿਹੜੇ ਨੇ ਨੈਗੇਟਿਵ ਮੈਗਨੈਟਿਕ ਅਨੋਮਲੀਜ਼ ਦੇ ਵਿੱਚ ਆਉਂਦੇ ਨੇ। ਹੁਣ ਇਹਦੇ ਬਾਰੇ ਜਿਹੜਾ ਹੈਗਾ, ਦੇਖੋ ਮੈਂ ਤੁਹਾਨੂੰ ਪਹਿਲੀ ਗੱਲ ਇਹ ਕਹਿੰਦਾ ਵੀ ਆਪਾਂ ਕਿਸੇ ਵੀ ਚੀਜ਼ ਬਾਰੇ ਗੱਲ ਕਰਦੇ ਹਾਂ, ਇਹ ਆਪਾਂ ਨੇ ਜਿਹੜਾ ਹੈ ਪਹਿਲਾਂ ਤੋਂ ਮਤਲਬ ਅਗਰ ਆਪਾਂ ਐਕਚੁਅਲ ਦੇ ਵਿੱਚ ਉਹਦੇ ਸੰਬੰਧੀ ਕੀ ਗੱਲਾਂ ਨੇ, ਕੀ ਅਸਲੀਅਤ ਹੈ ਇਹਦੇ 'ਤੇ ਪਹੁੰਚਣਾ ਚਾਹੁੰਦੇ ਹਾਂ, ਤਾਂ ਸਾਨੂੰ ਹਮੇਸ਼ਾ ਨਾ ਵੀਰੋ ਜਿਹੜਾ ਹੈਗਾ ਉਹਨੂੰ ਇੱਕ ਵਾਰੀ ਇਨਕਾਰੀ ਹੋ ਕੇ ਚੱਲਣਾ ਪੈਂਦਾ ਵੀ ਆਪਾਂ ਇੱਕ ਵਾਰੀ ਨਾ ਕਰਦੇ ਹਾਂ ਵੀ ਇਹ ਨਹੀਂ ਹੈ, ਅਤੇ ਅਸੀਂ ਇਹਨੂੰ ਕਿਵੇਂ ਪ੍ਰੂਵ ਕਰਨਾ, ਜੋ ਜੋ ਕੁਛ ਸਾਡੇ ਇਹਦੇ ਬਾਰੇ ਐਕਸਪੀਰੀਅੰਸ ਨੇ, ਗੱਲਾਂ ਨੇ, ਉਹ ਕਿੱਥੇ ਤੱਕ, ਕਿਸ ਹੱਦ ਤੱਕ ਸਹੀ ਨੇ, ਆਪਾਂ ਇਹ ਗੱਲ ਜਿਹੜੀ ਹੈ ਮੇਨ ਰੱਖਦੇ ਹਾਂ। ਤਾਂ ਜਿਹੜੀਆਂ ਇਹ ਨੈਗੇਟਿਵ ਮੈਗਨੈਟਿਕ ਅਨੋਮਲੀਜ਼ ਨੇ ਜਿਹਦੇ ਛਲਾਵਾ ਆਉਂਦਾ, ਇਹਦੇ ਮਤਲਬ ਆਪਾਂ ਇਹਨੂੰ ਮੰਨਣ ਕਿਉਂ ਲੱਗ ਜਾਂਦੇ ਹਾਂ, ਕਿਉਂਕਿ ਇਹ ਇੰਟੈਲੀਜੈਂਟਲੀ ਬਿਹੇਵ ਕਰਦੀਆਂ ਨੇ ਇਹ ਚੀਜ਼ਾਂ। ਹੁਣ ਆਪਾਂ ਇਹ ਦੂਜੀ ਗੱਲ ਇਹ ਦੇਖਦੇ ਹਾਂ ਵੀ ਇਹਨਾਂ ਦੀ ਸ਼ੇਪ ਕਿਸ ਤਰ੍ਹਾਂ ਦੀ ਹੁੰਦੀ ਹੈ। ਜਿੰਨੇ ਵੀ ਲੋਕਾਂ ਨੇ ਇਹਨਾਂ ਚੀਜ਼ਾਂ ਨੂੰ ਓਬਜ਼ਰਵ ਕੀਤਾ ਹੁੰਦਾ ਜਾਂ ਐਕਸਪੀਰੀਅੰਸ ਕੀਤਾ ਹੁੰਦਾ, ਜਿਨ੍ਹਾਂ ਨੂੰ ਇਹਦਾ ਕੁਛ ਤਜਰਬਾ ਹੁੰਦਾ, ਮਤਲਬ ਜਿਨ੍ਹਾਂ ਨੂੰ ਕੁਛ ਵਾਪਰਿਆ ਹੁੰਦਾ, ਤਾਂ ਉਹ ਹੁਣ ਤੱਕ ਜਿਹੜਾ ਹੈਗਾ ਜਿੰਨੇ ਕੁ ਬੰਦਿਆਂ ਨਾਲ ਮੈਨੇ ਗੱਲ ਕੀਤੀ ਹੈ ਜਾਂ ਦੇਖਿਆ ਹੈ ਜਾਂ ਇਹਦੇ 'ਤੇ ਕੁਛ ਰੀਸਰਚ ਕੀਤੀ ਹੈ, ਤਾਂ ਮੈਨੂੰ ਹਮੇਸ਼ਾ ਲੱਗਿਆ ਵੀ ਇਹਨਾਂ ਦੀ ਜਿਹੜੀ ਸ਼ੇਪ ਹੁੰਦੀ ਹੈ ਉਹ ਜਿਵੇਂ ਆਪਾਂ ਨਾ ਕਿਸੇ ਪੁਤਲੇ ਨੂੰ, ਧੁੰਦ ਨੂੰ ਕਿਸੇ ਪੁਤਲੇ ਦੀ ਸ਼ੇਪ 'ਚ ਕੱਟ ਲਈਏ, ਮਨੇਕੁਇਨ ਜਿਹਨੂੰ ਕਹਿ ਦਿੰਦੇ ਆ ਨਾ, ਜਿਹੜੇ ਸ਼ੋਰੂਮਾਂ ਦੇ ਬਾਹਰ ਪੁਤਲੇ ਖੜ੍ਹੇ ਹੁੰਦੇ ਨੇ, ਜੇ ਆਪਾਂ ਧੁੰਦ ਨੂੰ ਉਹ ਪੁਤਲੇ ਦੀ ਸ਼ੇਪ ਦੇ ਵਿੱਚ ਕੱਟ ਲਈਏ ਐਗਜੈਕਟਲੀ, ਤਾਂ ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ ਇਹ ਜਿਹੜੀਆਂ ਨੇ, ਭੂਤਾਂ ਜਿਹੜੀਆਂ ਨੇ, ਇਸ ਤਰ੍ਹਾਂ ਦੀਆਂ ਲੋਕਾਂ ਨੂੰ ਇਹਦੇ ਅਨੁਭਵ ਹੁੰਦੇ ਨੇ, ਇਸ ਤਰ੍ਹਾਂ ਦੀਆਂ ਲੱਗਦੀਆਂ ਨੇ ਉਹਨਾਂ ਨੂੰ। ਮਤਲਬ ਜਿਹੜਾ ਹੁਣ ਆਪਾਂ ਇਹ ਦੇਖਦੇ ਹਾਂ ਵੀ ਕਿਵੇਂ ਕੰਮ ਕਰਦੀਆਂ ਨੇ ਇਹ, ਅਸਲ 'ਚ ਇਲੈਕਟ੍ਰੀਕਲੀ ਚਾਰਜਡ ਪਾਰਟੀਕਲ ਨੇ ਜਿਹੜੇ ਇੰਟਰਡਾਈਮੈਂਸ਼ਨਲ ਐਪਰੇਸ਼ਨਸ ਕਹਿ ਸਕਦੇ ਹਾਂ ਜਿਨ੍ਹਾਂ ਨੂੰ ਆਪਾਂ, ਇਹ ਅਲੱਗ ਅਲੱਗ ਇਲੈਕਟ੍ਰੋਮੈਗਨੈਟਿਕ ਫ੍ਰੀਕੁਐਂਸੀ ਦੇ ਉੱਪਰ ਇਸ ਦੁਨੀਆ ਦੇ ਵਿੱਚ ਬਹੁਤ ਸਾਰਾ ਕੁਛ ਜਿਹੜਾ ਹੈਗਾ, ਬਹੁਤ ਸਾਰੇ ਸੰਸਾਰ ਜਿਹਨੂੰ ਪੈਰਲਲ ਵਰਲਡਸ ਕਹਿੰਦੇ ਆ, ਜਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ, ਬਹੁਤ ਸਾਰੇ ਹੋਰ ਤਰ੍ਹਾਂ ਦੇ ਸੰਸਾਰ ਇੱਥੇ ਜਿਨ੍ਹਾਂ ਬਾਰੇ ਅਜੀਬੋ ਗਰੀਬ ਆਪਾਂ ਜਾਣਦੇ ਨਹੀਂ, ਬੜੇ ਅਨੋਖੇ, ਇਹ ਅਲੱਗ ਇਲੈਕਟ੍ਰੋਮੈਗਨੈਟਿਕ ਫ੍ਰੀਕੁਐਂਸੀ ਦੇ ਉੱਪਰ ਇਹੋ ਜਿਹੇ ਸੰਸਾਰ ਜਿਹੜੇ ਨੇ ਸਾਡੇ ਇਰਦ ਗਿਰਦ ਵਿਚਰਦੇ ਰਹਿੰਦੇ ਨੇ। ਹੁਣ ਸਾਡੀਆਂ ਜਿਹੜੀਆਂ
ਇੰਦਰੀਆਂ ਨੇ, ਸੈਂਸਿਸ ਨੇ, ਉਹਨਾਂ ਦੀਆਂ ਕੁਝ ਲਿਮਿਟਸ ਨੇ, ਸੀਮਾਵਾਂ ਨੇ। ਤਾਂ ਕਰਕੇ ਆਪਾਂ ਜਿਹੜੀ ਆ ਹਰ ਇੱਕ ਉਹਨਾਂ ਦੇ ਵਿੱਚੋਂ ਇਲੈਕਟ੍ਰੋਮੈਗਨੈਟਿਕ ਫ੍ਰੀਕੁਐਂਸੀ ਦੀ ਦੁਨੀਆ ਨੂੰ ਨਾ ਤਾਂ ਸਾਡੀਆਂ ਜਿਹੜੀਆਂ ਇੰਦਰੀਆਂ ਨੇ ਦੇਖ ਸਕਦੀਆਂ ਨੇ, ਨਾ ਹੀ ਜਿਹੜੇ ਸੁਣ ਸਕਦੀਆਂ ਨੇ, ਮਹਿਸੂਸ ਕਰ ਸਕਦੀਆਂ ਨੇ। ਹੁਣ ਭੂਤ ਕਿਸ ਸ਼੍ਰੇਣੀ ਚ ਆਉਂਦੇ ਨੇ, ਕਿਸ ਕਲਾਸ ਚ ਆਉਂਦੇ ਨੇ, ਇਹਨੂੰ ਆਪਾਂ ਕਿਸ ਤਰ੍ਹਾਂ ਨਾਲ ਕਿਸ ਚੀਜ਼ ਦੇ ਅਧੀਨ ਦੇਖ ਸਕਦੇ ਹਾਂ, ਇਹਨਾਂ ਨੂੰ ਕਿਹਾ ਜਾਂਦਾ ਹਿਚਹਾਈਕਰ ਫੀਨੋਮੇਨਾ। ਅਸਲ ਦੇ ਵਿੱਚ ਕੀ ਹੋਇਆ, ਇੱਕ ਤੁਸੀਂ ਸੁਣਿਆ ਹੋਣਾ ਅਮਰੀਕਾ ਦੇ ਵਿੱਚ ਯੂਟਾ ਦੇ ਏਰੀਏ ਦੇ ਵਿੱਚ ਸਕਿਨ ਵਾਕਰ ਰੌਂਚ, ਜਿਹਨੂੰ ਸ਼ਰਮਨ ਰੌਂਚ ਵੀ ਕਹਿ ਦਿੰਦੇ ਨੇ, US ਦੇ ਵਿੱਚ ਬਹੁਤ ਮਸ਼ਹੂਰ ਹੈ। ਉਹਨੂੰ ਇੱਕ ਬਹੁਤ ਵੱਡਾ ਬੰਦਾ ਜਿਹੜਾ ਇੰਡਸਟਰੀਅਲਿਸਟ ਹੈ, ਕੈਪੀਟਲਿਸਟ ਹੈ, ਜਿਹੜਾ ਵਿਗਿਆਨਿਕ ਦਿਮਾਗ ਦਾ ਵੀ ਹੈ, ਰੋਬਰਟ ਬਿਗਲੋ ਉਹਦਾ ਨਾਮ ਹੈ, ਉਹਨੇ ਖਰੀਦਿਆ ਸਿਰਫ ਰਿਸਰਚ ਕਰਨ ਲਈ। ਹਾਲਾਂਕਿ ਦੁਨੀਆ ਭਰ ਦੀਆਂ ਮਿਲਟਰੀਜ਼ ਤੇ ਦੁਨੀਆ ਭਰ ਦੀਆਂ ਗਵਰਨਮੈਂਟਸ ਇਹਦੇ ਬਾਰੇ ਜਾਣਦੀਆਂ ਨੇ ਵੀ ਇਹ ਕੀ ਚੀਜ਼ਾਂ ਨੇ, ਬਟ ਉਹ ਕੀ ਪਬਲਿਕ ਪੈਨਿਕ ਚ ਨਾ ਆ ਜਾਵੇ ਇੱਕਦਮ, ਜਾਂ ਉਹਦੇ ਬਾਰੇ ਕੁਝ ਗਲਤ ਅੰਦਾਜ਼ੇ ਨਾ ਲਗਾ ਲਵੇ, ਇਸ ਕਰਕੇ ਉਹ ਰਿਸਰਚ ਨੂੰ ਐਜ਼ ਇਟ ਇਜ਼ ਜਿਹੜਾ ਹੈ ਕਿਸੇ ਵੀ ਪਾਸੇ ਪਬਲਿਸ਼ ਨਹੀਂ ਕੀਤਾ ਜਾਂਦਾ। ਉਹ ਰੋਬਰਟ ਬਿਗਲੋ ਨੇ ਜਿਹੜੀ ਉਹ ਚੀਜ਼ ਖਰੀਦੀ ਜਿਹਨੂੰ ਸਕਿਨ ਵਾਕਰ ਰੌਂਚ ਕਿਹਾ ਜਾਂਦਾ, ਉੱਥੇ ਬਹੁਤ ਕੁਝ ਇਹੋ ਜਿਹਾ ਵਾਪਰਦਾ ਜਿਹੜਾ ਬੜਾ ਅਜੀਬੋ ਗਰੀਬ ਹੈ, ਜਿਹਦਾ ਕੋਈ ਜਵਾਬ ਨਹੀਂ। ਤਾਂ ਉੱਥੇ ਪੂਰੀ ਵਿਗਿਆਨਿਕ ਰਿਸਰਚ ਕੀਤੀ, ਵਿਗਿਆਨਿਕਾਂ ਦੀ ਟੀਮ ਹਰ ਟਾਈਮ ਉੱਥੇ ਬੈਠੀ ਰਹਿੰਦੀ ਹੈ। ਰੋਬਰਟ ਬਿਗਲੋ ਨੇ ਇਸ ਤਰ੍ਹਾਂ ਦੇ ਬਹੁਤ ਐਕਸਪਰਟ ਬੰਦੇ ਲਿਆਂਦੇ ਜਿਨ੍ਹਾਂ ਨੇ ਉਹਦੇ ਤੇ ਸ਼ਰਮਨ ਰੌਂਚ ਦੇ ਉੱਤੇ ਬਹੁਤ ਮਤਲਬ ਜਿਹੜਾ ਹੈਗੇ ਐਕਸਪੈਰੀਮੈਂਟ ਕੀਤੇ। ਤਾਂ ਉਹਨਾਂ ਨੇ ਇਹ ਦੇਖਿਆ ਵੀ ਇਹ ਹਿਚਹਾਈਕਰ ਫੀਨੋਮੇਨਾ ਕਹਿੰਦੇ ਨੇ ਇਹਨੂੰ। ਉਹ ਹਿਚਹਾਈਕਰ ਫੀਨੋਮੇਨਾ ਜਿਹੜਾ ਉਹ ਧਰਤੀ ਦੀ ਮਤਲਬ ਇਲੈਕਟ੍ਰੋਮੈਗਨੈਟਿਕ ਫ੍ਰੀਕੁਐਂਸੀ ਜਿਹੜੀ ਉਹ ਦੇਖਦੇ ਨੇ ਕਿ ਕਿਤੇ ਕਿਤੇ ਧਰਤੀ ਦੇ ਕੁਝ ਖਾਸ ਸਥਾਨਾਂ ਤੇ, ਕੁਝ ਖਾਸ ਪੁਆਇੰਟਸ ਤੇ, ਕੁਝ ਖਾਸ ਥਾਵਾਂ ਤੇ ਬਹੁਤ ਸਾਰੀਆਂ ਜਿਹੜੀਆਂ ਇਲੈਕਟ੍ਰੋਮੈਗਨੈਟਿਕ ਫ੍ਰੀਕੁਐਂਸੀ ਦੇ ਅਸਰ ਵੱਖਰੀ ਕਿਸਮ ਦੇ ਨੇ। ਉਹ ਕਈ ਜਗ੍ਹਾ ਤੇ ਉਹਦੇ ਇਸ ਤਰ੍ਹਾਂ ਦੇ ਅਸਰ ਨੇ ਜਿਹੜੇ ਕਿ ਛਲਾਵਾ, ਭਰਮ ਪੈਦਾ ਕਰਦੇ ਨੇ ਇਲੈਕਟ੍ਰੋਮੈਗਨੈਟਿਕ, ਕਿਉਂਕਿ ਉਹ ਇਲੈਕਟ੍ਰੋਮੈਗਨੈਟਿਕ ਪਾਰਟੀਕਲਸ ਉੱਥੇ ਇਕੱਠੇ ਹੋ ਜਾਂਦੇ ਨੇ। ਆਪਾਂ ਜਿਸ ਤਰ੍ਹਾਂ ਨਾਲ ਉਹਨੂੰ ਅਬਜ਼ਰਵ ਕਰਕੇ ਅਫਾਰਮ ਕਰਦੇ ਹਾਂ, ਉਸ ਹਿਸਾਬ ਨਾਲ ਹੀ ਫਿਰ ਇਹ ਨਜ਼ਰ ਆਉਣੇ ਸ਼ੁਰੂ। ਪਹਿਲਾਂ ਇਹ ਸੁਣਨ ਤੋਂ, ਹੁਣ ਆਪਾਂ ਦੇਖਦੇ ਹਾਂ ਜਾਂ ਸੁਣਦੇ ਹਾਂ ਜਿਨ੍ਹਾਂ ਦੇ ਤਜਰਬੇ ਨੇ ਜਾਂ ਜੋ ਕਿਸੇ ਦੇ ਐਕਸਪੀਰੀਅੰਸ ਹੁੰਦੇ ਨੇ, ਕਿ ਇਹ ਸੁਣਨ ਤੋਂ ਜਿਹੜੀਆਂ ਨੇ ਇਹ ਚੀਜ਼ਾਂ ਦੀ ਸ਼ੁਰੂਆਤ ਹੁੰਦੀ ਹੈ। ਮਤਲਬ ਸੁਣਨ ਤੋਂ ਆਪਾਂ ਕੋਈ ਨਾ ਕੋਈ ਕਿਸੇ ਨੂੰ ਕੋਈ ਕਦਮਾਂ ਦੀ ਆਵਾਜ਼ ਸੁਣਦੀ ਹੈ, ਕਿਸੇ ਨੂੰ ਕੁਛ ਸੁਣਦਾ, ਕਿਸੇ ਨੂੰ ਕੁਛ ਉਹ ਸੁਣਦਾ, ਤਾਂ ਫਿਰ ਬੰਦਾ ਉਹਦੀ ਤਲਾਸ਼ 'ਚ ਜੁੜ ਜਾਂਦਾ, ਤਾਂ ਫਿਰ ਜਾ ਕੇ ਉਹਨੂੰ ਹੌਲੀ 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 ਇਹ ਚੀਜ਼ਾਂ ਜਿਹੜੀਆਂ ਨੇ ਮਾੜਾ ਮੋਟਾ ਉਹਦੇ ਸਾਹਮਣੇ ਅਪੀਅਰ ਹੋਣ ਲੱਗ ਜਾਂਦੀਆਂ ਨੇ। ਯਾਨੀ ਇਹਦੇ ਬਾਰੇ ਸਰਕਾਰਾਂ ਨੇ ਪੂਰੀ ਪੂਰੀ ਰਿਸਰਚ ਕਰਾਈ ਵੀ ਹੈ, ਇਹਨਾਂ ਚੀਜ਼ਾਂ ਬਾਰੇ ਉਹਨਾਂ ਨੂੰ ਪਤਾ ਹੈ। ਉਹਨਾਂ ਨੂੰ ਲੱਗਦਾ ਕਿ ਹਰ ਇੱਕ ਬੰਦਾ ਇੰਨਾ ਪੜ੍ਹਿਆ ਲਿਖਿਆ ਜਾਂ ਸਾਇੰਟੀਫਿਕਲੀ ਐਡਵਾਂਸ ਨਹੀਂ ਹੈਗਾ ਕਿ ਵੀ ਉਹਨੂੰ ਸਮਝਾਇਆ ਜਾ ਸਕੇ ਪ੍ਰੋਪਰ ਢੰਗ ਦੇ ਨਾਲ ਵੀ ਇਹ ਅਸਲੀਅਤ ਕੀ ਹੈ ਇਹਦੀ। ਤਾਂ ਹੁਣ ਇਹ ਸਿੱਧੀ ਜੀ ਗੱਲ ਹੈ ਵੀ ਇਹਦਾ ਜਿਹੜਾ ਹੈਗਾ, ਇੱਥੋਂ ਨਤੀਜਾ ਇਹ ਨਿਕਲਦਾ ਵੀ ਇਹਦਾ ਇਲੈਕਟ੍ਰਿਕ ਚਾਰਜ ਦੇ ਨਾਲ, ਮਤਲਬ ਬਿਜਲੀ ਦੀਆਂ ਤਰੰਗਾਂ ਦੇ ਨਾਲ, ਸੋਰੀ, ਜਾਂ ਜਿਹੜੇ ਪੋਜ਼ਿਟਿਵਲੀ ਚਾਰਜਡ ਇਲੈਕਟ੍ਰੋਨਸ ਹੁੰਦੇ ਨੇ ਉਹਦੇ ਨਾਲ ਬਹੁਤ ਗਹਿਰਾ ਸੰਬੰਧ ਹੈ। ਜੋ ਮੇਰੀ ਰਿਸਰਚ ਹੈ, ਮੇਰੀ ਆਬਜ਼ਰਵੇਸ਼ਨ ਹੈ, ਮੈਂ ਦੇਖਿਆ ਵੀ ਇਹ ਅਹੀ ਜੀ ਜਗ੍ਹਾ ਹੈ, ਭੂਤਾਂ ਪ੍ਰੇਤਾਂ ਦਾ ਦੀ ਗੱਲ ਹੁੰਦੀ ਹੈ ਜਾਂ ਲੋਕਾਂ ਨੂੰ ਲੱਗਦਾ ਜਾਂ ਜਿਨ੍ਹਾਂ ਨੂੰ ਭਰਮ ਵੀ ਲੱਗਦਾ ਉਹਨਾਂ ਨੂੰ ਕਿਵੇਂ ਲੱਗਦਾ, ਉਹਨਾਂ ਨੂੰ ਅਹੀ ਜੀ ਜਗ੍ਹਾ ਤੇ ਲੱਗਦਾ ਜਿਹੜੀਆਂ ਬਿਲਡਿੰਗਾਂ, ਇਮਾਰਤਾਂ ਪੁਰਾਣੀਆਂ ਨੇ, ਖਾਲੀ ਨੇ, ਸਲਾਬੀਆਂ ਥਾਵਾਂ ਨੇ, ਜਿੱਥੇ ਮਤਲਬ ਅੰਡਰਗਰਾਊਂਡ ਕੋਈ ਨਾ ਕੋਈ ਇਲੈਕਟ੍ਰਿਕ ਕੇਬਲਸ ਲੰਘਦੀਆਂ ਨੇ, ਜਾਂ ਕਿਤੇ ਨਾ ਕਿਤੇ ਉੱਥੇ ਸ਼ਾਰਟ ਸਰਕਟ ਹੈ, ਜਾਂ ਉੱਥੇ ਕੋਈ ਲੂਜ਼ ਵਾਇਰਸ ਨੇ ਜਿਹੜੀਆਂ ਕਿ ਕੰਧ ਨਾ ਕਿਤੇ ਟੱਚ ਹੁੰਦੀ ਨੇ। ਆਪਾਂ ਨੇ ਦੇਖਿਆ ਇਹੋ ਜਿਹੀਆਂ ਥਾਵਾਂ ਤੇ, ਇੱਕ ਚੀਜ਼ ਤੁਸੀਂ ਨੋਟਿਸ ਕਰੋਗੇ ਸਾਰੀ ਜਗ੍ਹਾ ਤੇ ਕਾਮਨ ਹੈ ਵੀ ਉਹ ਜਿਹੜੀਆਂ ਜਗ੍ਹਾ ਤੇ ਇਹ ਚੀਜ਼ਾਂ ਦਿਖਦੀਆਂ ਨੇ ਜਾਂ ਦੱਸੀਆਂ ਜਾਂਦੀਆਂ ਨੇ ਉਸ ਜਗ੍ਹਾ ਦੇ ਉੱਤੇ ਜਿਹੜੇ ਆ
ਮਤਲਬ ਸਲਾਬ ਹੁੰਦੀ ਆ, ਉਹ ਸਲਾਬ ਹੋਣ ਦੇ ਨਾਲ ਹੁਣ ਆਪਾਂ ਦੇਖਿਆ ਵੀ ਜਿਹੜੀਆਂ ਵੱਧ ਵੋਲਟੇਜ ਦੀਆਂ ਵਾਇਰਸ ਹੁੰਦੀਆਂ ਨੇ ਉਹ ਕਈ ਵਾਰੀ ਕੀ ਹੁੰਦਾ ਕਿ ਆਪਾਂ ਦੇਖਿਆ ਨਾ ਖੇਤਾਂ ਵਿੱਚੋਂ ਲਿਖਿਆ ਹੁੰਦਾ ਵੀ ਇੱਥੇ ਦੀ ਇੰਨਾ ਕਰੰਟ ਗੁਜ਼ਰਦਾ ਹੈ ਜਾਂ ਇੰਨਾ ਕਰੰਟ ਗੁਜ਼ਰਦਾ ਹੈ, ਤੁਸੀਂ ਜਿਹੜਾ ਇਹਨੂੰ ਜਿਹੜਾ ਹੈਗਾ ਇਹਦੇ ਨੇੜੇ ਦੀ ਨਾ ਲੰਘੋ ਜਾਂ ਇਹਦੀ ਇੰਨੀ ਵੋਲਟੇਜ ਦੀ ਜਿੰਨੀ ਕੁ ਮਤਲਬ ਰੇਂਜ ਹੋ ਸਕਦੀ ਹੈ ਉਹਦੇ ਵਿੱਚ ਕੋਈ ਚੀਜ਼ ਨਾ ਇਹੋ ਜਿਹੀ ਲੈ ਕੇ ਜਾਓ, ਕੋਈ ਇਹੋ ਜਿਹੀ ਮੈਟਲ ਦੀ ਚੀਜ਼ ਨਾ ਲੈ ਕੇ ਜਾਓ, ਜੇ ਕੁਛ ਲੋਡ ਪੈ ਜੇ ਤਾਂ ਉੱਥੇ ਲੱਕੜ ਯੂਜ਼ ਕਰੋ। ਸੋ ਮਤਲਬ ਇਹ ਇੱਕ ਜਿਹੜਾ ਹੈ ਵੱਡਾ ਜਿਹੜੀ ਚੀਜ਼ ਨੋਟਿਸ ਕੀਤੀ ਜਾਂਦੀ ਹੈ ਆਮ ਤੌਰ ਤੇ ਵੀ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਿਤੇ ਨਾ ਕਿਤੇ ਮਤਲਬ ਨੇੜੇ ਤੇੜੇ ਕੁਛ ਨਾ ਕੁਛ ਬਿਜਲੀ ਨਾਲ ਸੰਬੰਧਿਤ ਜਾਂ ਇਲੈਕਟ੍ਰਿਕ ਚਾਰਜ ਜਾਂ ਕੁਛ ਐਸੀ ਚੀਜ਼ ਜਿਹੜੀ ਖੁਦ ਬ ਖੁਦ ਚਾਰਜ ਪੈਦਾ ਕਰ ਰਹੀ ਹੈ, ਕੋਈ ਨੀਚੇ ਕੋਈ ਐਸੀ ਮੈਟਲ ਦਬੀ ਹੋਈ ਹੈ ਜਾਂ ਕੋਈ ਐਸੀ ਜਿਹੜੀ ਹੈਗੀ ਆ ਪੁਰਾਣੇ ਟਾਈਮ ਦੀਆਂ ਕੋਈ ਚੀਜ਼ਾਂ ਨੇ, ਜਾਂ ਆਪਾਂ ਨੂੰ ਪਤਾ ਨਹੀਂ ਹੁੰਦਾ ਕਿਸੇ ਵੀ ਮਕਾਨ ਦੇ ਨੀਚੇ ਦੀ ਕੋਈ ਬਹੁਤ ਵੱਡੀਆਂ ਅੰਡਰਗਰਾਊਂਡ ਕੇਬਲਸ ਪੁਰਾਣੇ ਟਾਈਮ ਤੋਂ ਲੰਘ ਰਹੀਆਂ ਹੋ ਸਕਦੀਆਂ ਨੇ, ਉਹ ਬਹੁਤ ਜ਼ਿਆਦਾ ਹੁੰਦੀਆਂ, ਉਹਨਾਂ ਨੂੰ ਰੋਜ਼ ਰੋਜ਼ ਪੱਟ ਕੇ ਠੀਕ ਨਹੀਂ ਕੀਤਾ ਜਾ ਸਕਦਾ ਜਾਂ ਦੱਸਿਆ ਨਹੀਂ ਜਾ ਸਕਦਾ, ਉਹ ਜਿੱਥੋਂ ਲੰਘ ਰਹੀਆਂ ਨੇ ਲੰਘ ਰਹੀਆਂ ਨੇ, ਜਿਵੇਂ ਪਾਣੀ ਦੀਆਂ ਪਾਈਪਾਂ ਇਹ ਕਈ ਵਾਰੀ ਬਹੁਤ ਡੂੰਘਾਈ ਚੋਂ ਲੰਘ ਰਹੀਆਂ ਹੁੰਦੀਆਂ। ਇਹ ਚੀਜ਼ਾਂ ਆਪਾਂ ਨੂੰ ਨਾ ਗੌਰਮੈਂਟ ਨੂੰ ਵੀ ਮਤਲਬ ਮੌਜੂਦਾ ਸਮੇਂ ਤੇ ਜਿਹੜੇ ਲੋਕ ਉਸ ਚੀਜ਼ ਨੂੰ ਡੀਲ ਕਰ ਰਹੇ ਹੁੰਦੇ ਉਹਨਾਂ ਨੂੰ ਬਹੁਤਾ ਪਤਾ ਨਹੀਂ ਹੁੰਦਾ, ਬਸ ਇੱਕ ਉਹਨਾਂ ਕੋਲ ਮੋਟਾ ਮੋਟਾ ਮੈਪ ਹੁੰਦਾ ਵੀ ਆਹ ਥਾਂ, ਫਿਰ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਜਾਏ ਵੱਡੀ ਤਾਂ ਫਿਰ ਉਹਨੂੰ ਲੱਭਦੇ ਨੇ, ਅਦਰਵਾਈਜ਼ ਉਹਨਾਂ ਨੂੰ ਬਹੁਤਾ ਚੰਗੀ ਤਰ੍ਹਾਂ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਕਿਉਂਕਿ ਬੰਦੇ ਬਦਲਦੇ ਰਹਿੰਦੇ ਨੇ ਟਾਈਮ ਟੂ ਟਾਈਮ, ਇੰਨੇ ਚਿਰਾਂ ਦੀਆਂ ਇਹ ਚੀਜ਼ਾਂ ਪੁਰਾਣੀਆਂ ਨੀਚੇ ਦਬੀਆਂ ਵੀ ਹੁੰਦੀਆਂ ਨੇ। ਹੁਣ ਅੱਗੇ ਆਪਾਂ ਗੱਲ ਕਰੀਏ ਜੇ ਵੀ ਇਹਦੇ ਇਫੈਕਟ ਕੀ ਨੇ, ਇਹਦੀ ਮੈਨੇ ਜੋ ਦੇਖਿਆ ਵੀ ਇਹ ਡਿਸੈਪਸ਼ਨ ਨਾਲ ਜੁੜੀ ਹੋਈ ਚੀਜ਼ ਹੈ, ਇਹ ਚੀਜ਼ ਇੰਟੈਲੀਜੈਂਸ ਹੈ ਇਹਦੇ ਚ ਕੋਈ ਨਾ ਕੋਈ, ਇਹ ਕਿਵੇਂ ਹੈ ਇਹਦੇ ਬਾਰੇ ਮਤਲਬ ਡਿਟੇਲ ਜਿਵੇਂ ਜਿਵੇਂ ਅੱਗੇ ਰਿਸਰਚਸ ਹੋਈ ਜਾ ਰਹੀਆਂ ਨੇ ਇਹ ਸਮਝਿਆ ਜਾ ਰਿਹਾ ਵੀ ਇਹ ਚੀਜ਼ ਡਿਸੈਪਸ਼ਨ ਪੈਦਾ ਕਰਦੀ ਹੈ, ਇੰਟੈਲੀਜੈਂਟਲੀ ਬਿਹੇਵ ਕਰਦੀ ਹੈ, ਛਲਾਵਾ ਭੁਲੇਖਾ ਪੈਦਾ ਕਰਦੀ ਹੈ, ਸੁਣਨ ਤੋਂ ਸ਼ੁਰੂ ਹੋ ਕੇ ਵੇਖਣ ਤੋਂ ਵਿਖਾਈ ਦੇਣ ਤੋਂ ਸ਼ੁਰੂ, ਪਰ ਇਹ ਕਿਸੇ ਦੇ ਨਾਲ ਮਤਲਬ ਇਹਦਾ ਜਿਹੜਾ ਅਸਰ ਹੈ ਇਹ ਮੈਂ ਤੁਹਾਨੂੰ ਬਿਲਕੁਲ ਕਲੀਅਰ ਕਰ ਦੇਣਾ ਚਾਹੁੰਦਾ ਆਪਣੀ ਰਿਸਰਚ ਦੇ ਨਾਲ ਆਪਣੇ ਤਜਰਬੇ ਦੇ ਨਾਲ ਕਿ ਇਹ ਚੀਜ਼ਾਂ ਜਿਵੇਂ ਦੱਸਿਆ ਜਾਂਦਾ ਵੀ ਭੂਤ ਕਿਸੇ 'ਚ ਵੜ ਗਈ ਜਾਂ ਕਿਸੇ ਨੂੰ ਉਹਨੇ ਚੱਕ ਕੇ ਜਾਂ ਫਿਲਮਾਂ 'ਚ ਦਿਖਾਇਆ ਜਾਂਦਾ ਵੀ ਉਹਨੂੰ ਜਾਨ ਤੋਂ ਮਾਰਤਾ, ਇਹੋ ਜਿਹਾ ਕੁਛ ਨਹੀਂ ਕਰ ਸਕਦੀਆਂ ਹੈਗੀਆਂ ਇਹ ਜਿਹੜੀਆਂ ਚੀਜ਼ਾਂ ਨੇ, ਇਹ ਹੌਲੀ ਹੌਲੀ ਇਹ ਕੁਛ ਨਾ ਕੁਛ ਤੁਹਾਨੂੰ ਸੁਣਨ ਵਾਲਾ ਵੀ ਕੋਈ ਅਜੀਬ ਆਵਾਜ਼ ਸੁਣੀ ਜਿਹੜੀ ਤੁਹਾਨੂੰ ਫਿਰ ਤੁਹਾਨੂੰ ਹੌਲੀ ਹੌਲੀ ਕੋਈ ਚੀਜ਼ ਐਂ ਲੱਗਿਆ ਵੀ ਵੱਧ ਤੋਂ ਵੱਧ ਇਹਦਾ ਅਸਰ ਜਿਹੜਾ ਹੈਗਾ ਉਹ ਜਿਵੇਂ ਤੁਹਾਨੂੰ ਕੋਈ ਕੱਪੜਾ ਛੂ ਕੇ ਲੰਘਿਆ ਹੱਦ ਤੋਂ ਹੱਦ ਇੰਨਾ ਕੁ ਹੋ ਸਕਦਾ ਜਾਂ ਤੁਹਾਨੂੰ ਪਤਾ ਲੱਗਦਾ ਵੀ ਹਵਾ ਚੱਲ ਨਹੀਂ ਰਹੀ, ਕੋਈ ਵਾਵਰੋਲਾ ਜਾਂ ਵਗਿਆ ਕੋਲ ਦੀ ਤੁਹਾਡੇ ਕੋਈ ਤੇਜ਼ ਹਵਾ ਲੰਘੀ ਜਾਂ ਕੋਈ ਹਲਕੀ ਜਿਹੀ ਕਿਸੇ ਨੇ ਬਹੁਤ ਲੋ ਫ੍ਰੀਕੁਐਂਸੀ ਦੇ ਵਿੱਚ ਕੋਈ ਆਵਾਜ਼ ਪੈਦਾ ਕੀਤੀ ਸੀਟੀ ਵਰਗੀ ਸ਼ੋਰ ਸ਼ਰਾਬੇ ਵਰਗੀ। ਸੋ ਇਸ ਤਰ੍ਹਾਂ ਨਾਲ ਜਿਹੜੇ ਹੈਗੇ ਨੇ ਮਤਲਬ ਇਹਨਾਂ ਬਾਰੇ ਬਹੁਤ ਸਾਰੇ ਪੁਰਾਣੇ ਮਿੱਥ ਜੁੜੇ ਹੋਏ ਨੇ, ਪਰ ਮੈਂ ਜਿਹੜਾ ਇਹਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਲੋਕ ਕਹਿੰਦੇ ਨੇ ਵੀ ਕਿਸੇ 'ਚ ਭੂਤ ਆ ਗਈ ਜਾਂ ਪ੍ਰੇਤ ਆ ਗਈ, ਇੱਦਾਂ ਦਾ ਕੁਛ ਨਹੀਂ, ਸਿੱਧੀ ਜਿਹੀ ਗੱਲ ਹੈ ਵੀ ਆਪਣੇ ਅੰਦਰ ਦੋ ਚੀਜ਼ਾਂ ਨੇ, ਇੱਕ ਤਾਂ ਆਪਣਾ ਫਿਜ਼ੀਕਲ ਸਰੀਰ ਹੈ ਮਤਲਬ ਆਪਣਾ ਭੌਤਿਕ ਸਰੀਰ ਹੈ ਪਦਾਰਥਕ ਸਰੀਰ ਹੈ, ਦੂਸਰਾ ਜਿਹੜਾ ਇਹ ਆਤਮਾ ਹੈ ਆਪਣੇ ਅੰਦਰ ਕੁਛ ਨਾ ਕੁਛ ਐਸਾ ਹੈ, ਹੁਣ ਤਾਂ ਮਤਲਬ ਉਹਨੂੰ ਜਿਹੜਾ ਹੈਗਾ ਕਹਿੰਦੇ ਆ ਐਡੀਨੋਸਿਨੋ ਟ੍ਰਾਈਫੋਸਫੇਟ, ਮਤਲਬ ਜਿਹੜਾ ਇਹ ਇਹਨੂੰ ASP ਕਹਿ ਦਿੱਤਾ ਜਾਂਦਾ ਜਾਂ ATP ਰੀਡਿੰਗ ਕਹਿ ਦਿੱਤੀ ਜਾਂਦੀ ਹੈ ਹਿਊਮਨ ਬਾਡੀ ਦੀ, ਇਹਦੇ ਨਿਕਲਣ ਨਾਲ ਹੀ ਕਿਸੇ ਬੰਦੇ ਦੀ ਡੈਥ ਹੁੰਦੀ ਹੈ। ਸੋ ਜਿਹੜੀ ATP ਐਨਰਜੀ ਹੈ ਸਾਡੇ ਅੰਦਰ ਇਲੈਕਟ੍ਰੋਮੈਗਨੈਟਿਕ ਫ੍ਰੀਕੁਐਂਸੀ, ਕਿਉਂਕਿ ਆਪਾਂ ਨੂੰ ਪਤਾ ਜਿਹੜੇ ਬੰਦੇ ਨਿਊਰੋਲੋਜੀ ਦੇ ਨਾਲ ਸੰਬੰਧ ਰੱਖਦੇ ਨੇ ਜਾਂ ਨਿਊਰੋਲੋਜੀ ਬਾਰੇ ਕੁਛ ਵੀ ਨੌਲੇਜ ਰੱਖਦੇ ਉਹਨਾਂ ਨੂੰ ਪਤਾ ਵੀ ਆਪਣੇ ਬ੍ਰੇਨ ਨੂੰ ਕੁਛ ਨਾ ਕੁਛ ਹੱਦ ਤੱਕ ਇਲੈਕਟ੍ਰੋਮੈਗਨੈਟਿਕ ਫ੍ਰੀਕੁਐਂਸੀ ਦਾ ਸਿਗਨਲ ਆਉਂਦਾ ਰਹਿੰਦਾ, ਇਹ ਉਹਦੇ ਨਾਲ ਜੁੜੀ ਹੋਈ ਚੀਜ਼ ਹੈ। ਸੋ ਜੇ ਕੋਈ ਕਹਿੰਦਾ ਵੀ ਕਿਸੇ 'ਚ ਕੋਈ ਭੂਤ ਵੜ ਗਈ ਤਾਂ ਉਹ ਕਲੀਅਰ ਕੱਟ ਸਾਈਕੋਲੋਜਿਸਟ ਕੋਲ ਜਾਣਾ ਚਾਹੀਦਾ, ਉਹ ਮਲਟੀਪਲ
ਮਲਟੀਪਲ ਪਰਸਨੈਲਿਟੀ ਡਿਸਆਰਡਰ ਦਾ ਕੇਸ ਹੈ ਜਾਂ ਸਪਲਿਟ ਪਰਸਨੈਲਿਟੀ ਕਹਿੰਦੇ ਆ ਜਿਹਨੂੰ, ਜਾਂ ਮਾਡਰਨ ਸਮੇਂ ਉਹਦੇ ਲਈ ਟਰਮ ਚੱਲਦੀ ਹੈ ਜਿਹੜੀ ਡਿਸੋਸੀਏਟਿਡ ਆਇਡੈਂਟੀ ਡਿਸਆਰਡਰ, ਮਤਲਬ ਡਿਸੋਸੀਏਟਿਡ ਆਇਡੈਂਟੀ ਡਿਸਆਰਡਰ ਦਾ ਕੇਸ ਹੋ ਸਕਦਾ ਨੰਬਰ 1, ਉਹ ਜਾਂ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਸਾਈਕੋਲੋਜੀ ਦੇ ਨਾਲ ਜੁੜੀ ਹੋਈ ਜਿਹੜੀ ਚੀਜ਼ ਹੈ ਉਹ ਕੋਈ, ਮਤਲਬ ਜੇ ਕਹੀਏ ਵੀ ਉਹਦੇ ਵਿੱਚ ਕੋਈ ਭੂਤ ਪ੍ਰੇਤ ਇਸ ਤਰ੍ਹਾਂ ਦੀ ਚੀਜ਼ ਨਹੀਂ, ਐਕਚੁਅਲ 'ਚ ਉਹਦੇ ਅੰਦਰ ਕਿਸੇ ਨਵੀਂ ਪਰਸਨੈਲਿਟੀ ਨੇ ਜਨਮ ਲੈ ਲਿਆ ਜੋ ਕਿ ਉਹਨੂੰ ਕਈ ਵਾਰੀ ਖੁਦ ਨੂੰ ਨਹੀਂ ਪਤਾ ਹੁੰਦਾ, ਤਾਂ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਜਿਵੇਂ ਕਿ ਘਰਾਂ 'ਚ ਇੱਟਾਂ ਮਾਰਨਾ ਜਾਂ ਕੱਪੜੇ ਕੱਟਣਾ ਜਾਂ ਕਿਸੇ ਦੇ ਵਾਲ ਕੱਟ ਦੇਣੇ, ਸੋ ਇਹ ਜਿਹੜੇ ਪੁਰਾਣੇ ਮਿੱਥ ਨੇ ਇਹਨਾਂ ਦਾ ਮਤਲਬ ਇਹਦੇ ਨਾਲ ਜਿਹੜਾ ਹੈਗਾ ਮਤਲਬ 90% ਉਹਦੇ ਵਿੱਚ ਜਿਹੜੇ ਸਾਡੇ ਵਹਿਮ ਭਰਮ ਜਾਂ ਜਿਹੜੇ ਆ ਮਿੱਥ ਜਾਂ ਇੱਧਰ ਉੱਧਰੋਂ ਚੱਲਣ ਵਾਲੀਆਂ ਗੱਲਾਂ ਕਿ ਮਿਸਕਨਸੈਪਸ਼ਨਸ ਜਿਨ੍ਹਾਂ ਨੂੰ ਕਹਿ ਸਕਦੇ ਹਾਂ ਵੀ ਗਲਤ ਰਾਏ ਬਣਾ ਲਈ ਸਾਨੇ। ਹੁਣ ਮੇਰਾ ਐਕਸਪੀਰੀਅੰਸ ਇਹਦੇ ਬਾਰੇ ਪਹਿਲਾਂ ਕਿਵੇਂ ਹੋਇਆ, ਇੱਕ ਜਗ੍ਹਾ ਅਸੀਂ ਰਹਿੰਦੇ ਸੀਗੇ, ਇੱਕ ਬਹੁਤ ਸਾਰੀ ਲੰਬਾ ਮਤਲਬ ਹਾਲ ਵਰਗੀ ਜਗ੍ਹਾ ਸੀ, ਉਦੋਂ ਦੋਨੋਂ ਕਾਰਨਰਸ ਦੇ ਉੱਤੇ ਇੱਧਰ ਵੀ ਉੱਧਰ ਵੀ ਦੋਨੋਂ ਜਗ੍ਹਾ ਤੇ ਵਾਸ਼ਰੂਮ ਬਣੇ ਹੋਏ ਸੀ, ਤਾਂ ਮੇਰਾ ਜਿਹੜਾ ਬੈੱਡ ਸੀਗਾ ਤਕਰੀਬਨ ਉਸ ਵਾਸ਼ਰੂਮ ਤੋਂ ਜਿਹੜਾ ਕਹਿ ਸਕਦੇ ਹਾਂ ਕੋਈ 12 ਫੁੱਟ ਦੀ ਦੂਰੀ ਤੇ ਸੀਗਾ। ਤਾਂ ਸਾਨੂੰ ਕੀ ਹੁੰਦਾ ਸੀਗਾ ਹੌਲੀ ਹੌਲੀ, ਮੈਨੂੰ ਨਾ ਜਿਵੇਂ ਰਾਤ ਨੂੰ ਉੱਥੇ ਅਕਸਰ ਨਾ ਰਾਤ ਨੂੰ ਵਾਸ਼ਰੂਮ ਦੇ ਵਿੱਚ ਜਿਹੜਾ ਹੈਗਾ 10 ਵਜੇ ਪਾਣੀ ਚਲਾ ਜਾਂਦਾ ਸੀ, ਹੱਦ 10:30 ਤੱਕ ਪਾਣੀ ਚਲਾ ਜਾਂਦਾ ਸੀ, ਤਾਂ ਮਤਲਬ ਤਕਰੀਬਨ ਸਾਨੂੰ ਇਹਦੀ ਟਾਈਮਿੰਗ ਜਿਹੜੀ ਹੈਗੀ ਹੈ ਵੀ 12:30 ਤੋਂ ਲੈ ਕੇ ਸਵੇਰ ਦੇ 3 ਵਜੇ ਦੇ ਵਿੱਚ ਸਾਨੂੰ ਇਸ ਤਰ੍ਹਾਂ ਆਵਾਜ਼ ਆਉਂਦੀ ਸੀ ਜਿਵੇਂ ਕੋਈ ਬੰਦਾ ਬਹੁਤ ਜ਼ੋਰ ਜ਼ੋਰ ਦੀ ਨਹਾ ਰਿਹਾ, ਜਿਵੇਂ ਬਹੁਤ ਜ਼ਿਆਦਾ ਤੇਜ਼ੀ ਨਾਲ ਮੱਗ ਸਿੱਟ ਰਿਹਾ ਆਪਣੇ ਉੱਪਰ, ਉਹ ਪਾਣੀ ਦੀ ਆਵਾਜ਼ ਦੜੜ ਦੜੜ ਪਾਣੀ ਜਿਵੇਂ ਗਿਰਦਾ ਹੁੰਦਾ ਇਸ ਤਰ੍ਹਾਂ ਦੀ ਆਵਾਜ਼ ਆਇਆ ਕਰੇ। ਤੇ ਅਸੀਂ ਹੌਲੀ 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 ਕੀ ਹੋਇਆ, ਇੱਕ ਇੱਕ ਕਰਕੇ ਸਾਰੇ ਬੰਦਿਆਂ ਨੇ ਆਪਸ 'ਚ ਗੱਲ ਕਰਨੀ ਸ਼ੁਰੂ ਕਰੀ, ਸਾਨੂੰ ਉੱਥੇ ਰਹਿੰਦੇ ਹਾਂ ਜਦੋਂ 4 ਸਾਲ ਤੋਂ ਵੱਧ ਹੋ ਗਏ ਤਾਂ ਅਸੀਂ ਸਾਰਿਆਂ ਨੇ ਆਪਸ 'ਚ ਗੱਲ ਕੀਤੀ ਵੀ ਇਹ ਆਵਾਜ਼, ਉਹ ਫਿਰ ਮੈਂ ਦੇਖਿਆ ਕਿ ਉਹ ਆਵਾਜ਼ ਇਕੱਲੇ ਮੈਨੂੰ ਹੀ ਨਹੀਂ ਸੁਣਾਈ ਦਿੰਦੀ ਸੀ, ਸਾਰਿਆਂ ਨੂੰ ਪਤਾ ਲੱਗਦਾ ਸੀ, ਤਾਂ ਅਸੀਂ ਉਹਨੂੰ ਲੱਭਣਾ ਸ਼ੁਰੂ ਕੀਤਾ। ਅਸੀਂ ਉਹਦੇ ਨੀਚੇ ਆਲੇ ਦੁਆਲੇ ਸਾਰੇ ਪਾਣੀ ਦੇ ਸਿਸਟਮ ਪਤਾ ਕੀਤੇ, ਉਹ ਸਾਰੇ ਗਟਰ ਦੇ ਢੱਕਣ ਖੋਲ੍ਹ ਕੇ ਦੇਖੇ, ਦੇਖਿਆ ਵੀ ਕਿਸੇ ਪਾਸੇ ਉਹ ਕਿਸੇ ਪਾਈਪ ਦੇ ਵਿੱਚ ਕੋਈ ਸਖਸ, ਆਖਿਰਕਾਰ ਅਸੀਂ ਪੜ੍ਹੇ ਲਿਖੇ ਬੰਦੇ ਸੀ, ਇੱਦਾਂ ਨਹੀਂ ਸੀ ਵੀ ਕਿ ਐਵੇਂ ਮੰਨ ਲੈਂਦੇ ਇਸ ਗੱਲ ਨੂੰ। ਸਾਨੂੰ ਲੱਗਿਆ ਵੀ ਪਹਿਲਾਂ ਇਹਦੇ ਸਾਰੇ ਲੌਜਿਕ ਤਲਾਸ਼ਣੇ ਚਾਹੀਦੇ ਨੇ ਸਾਨੂੰ, ਸਾਨੇ ਸਾਰੇ ਲੌਜਿਕਸ 'ਤੇ ਕੰਮ ਕੀਤਾ, ਸਾਰੀਆਂ ਪਾਈਪਾਂ ਸਾਰੇ ਮੇਨ ਹੋਲ ਉਹਦੇ ਪਤਾ ਕਰਕੇ ਸਾਰੇ ਖੋਲ੍ਹੇ, ਗਟਰਾਂ ਦੇ ਢੱਕਣ ਚੱਕੇ, ਫਿਰ ਦੇਖਿਆ ਵਿੱਚ ਉਹਦੇ ਕਿਤੇ ਵੀ ਕੋਈ ਪਾਈਪ ਵਾਲਾ ਸਿਸਟਮ ਨਹੀਂ ਸੀ, ਉਹਦੇ ਵਿੱਚ ਐਕਚੁਅਲ 'ਚ ਕੀ ਸੀਗਾ, ਬੜੀ ਮਤਲਬ ਇੱਕ ਇੰਨੀ ਕੁ ਛੋਟੀ ਜੀ ਨਾਲੀ, ਇੰਨੀ ਕੁ ਚੌੜੀ ਜਿਹੜੀ ਆਪਾਂ ਕਹਿ ਸਕਦੇ ਹਾਂ 4 ਇੰਚ ਚੌੜੀ, ਇੰਨੀ ਕੁ ਡੈਪਥ ਉਹਦੀ, ਇੰਨੀ ਕੁ ਡੂੰਘਾਈ ਜਿਹੜੀ ਹੈ ਉਹ ਉੱਥੋਂ ਲੰਘਦੀ ਸੀਗੀ, ਤਾਂ ਉਹ ਜਿਹੜਾ ਹੈ ਉਹਦੇ 'ਚੋਂ ਕਿਸੇ ਵੀ ਤਰ੍ਹਾਂ ਕੋਈ ਬੰਦ ਪਾਈਪ ਨਹੀਂ ਸੀ ਵੀ ਜਿਹਦੇ ਨਾਲ ਆਪਾਂ ਕਹਿ ਦਈਏ ਵੀ ਕੋਈ ਜਿਹੜੀ ਆਵਾਜ਼ ਬਣ ਸਕਦੀ ਹੈ, ਜਾਂ ਉਹਦੇ 'ਚੋਂ ਜਿਹੜਾ ਸਕਸ਼ਨ ਹੋ ਕੇ ਫਿਰ ਕੋਈ ਪਾਣੀ ਉੱਥੋਂ ਦੀ ਲੰਘ ਨਹੀਂ ਰਿਹਾ ਹੁੰਦਾ ਸੀਗਾ ਵੀ ਦੜ ਦੜ ਕਰਕੇ ਆਵਾਜ਼ ਆਵੇ, ਇਸ ਤਰ੍ਹਾਂ ਦੀ ਆਵਾਜ਼ ਆਉਣ ਲਈ ਫਿਰ ਅਸੀਂ ਆਲੇ ਦੁਆਲੇ ਇਹ ਚੈੱਕ ਕੀਤਾ ਵੀ ਕੋਈ ਆਵਾਜ਼ ਆਉਣ ਵਾਲੀਆਂ ਚੀਜ਼ਾਂ ਕਿਹੜੀਆਂ ਕਿਹੜੀਆਂ ਨੇ, ਵੀ ਕਿਸੇ ਹੋਰ ਪਾਸੇ ਕੋਈ ਆਵਾਜ਼ ਇਸ ਤਰ੍ਹਾਂ ਦੀ ਆਉਂਦੀ ਹੋਵੇ। ਉਹ ਜਗ੍ਹਾ 'ਤੇ ਕੋਈ ਵੀ ਰਾਤ ਦੇ ਟਾਈਮ ਜਿਹੜਾ ਹੈ ਕਿਸੇ ਦੇ ਚਾਂਸਿਸ ਹੀ ਨਹੀਂ ਸੀ ਆਲੇ ਦੁਆਲੇ ਇਸ ਤਰ੍ਹਾਂ ਦੀਆਂ ਕੰਸਟਰਕਸ਼ਨ ਸੀਗੀਆਂ ਕਿ ਓਪਨਲੀ ਕੋਈ ਨਹਾ ਹੀ ਨਹੀਂ ਸਕਦਾ ਸੀ, ਜੇ ਕੋਈ ਓਪਨਲੀ ਨਹਾ ਨਹੀਂ ਸੀ ਸਕਦਾ ਤਾਂ ਸਾਨੂੰ ਆਵਾਜ਼ ਆ ਨਹੀਂ ਸੀ ਸਕਦੀ। ਹੌਲੀ ਹੌਲੀ ਅਸੀਂ ਪਤਾ ਕੀਤਾ ਕਿ ਵੀ ਇਹ ਚੀਜ਼ ਕੀ ਹੈ, ਫਿਰ ਹੌਲੀ ਹੌਲੀ ਸਾਨੂੰ ਸਮਝ ਆਇਆ ਕਿ ਉੱਥੇ ਨਾ ਜਿਹੜਾ ਉਸ ਵਾਸ਼ਰੂਮ ਦੇ ਵਿੱਚ ਇੱਕ ਬੰਦੇ ਨੇ ਸੁਸਾਈਡ ਕੀਤੀ ਸੀ, ਤੇ ਉਹਦੇ ਨਾਲ ਜੁੜੀ ਹੋਈ ਕੋਈ ਨੈਗੇਟਿਵ ਐਨਰਜੀ ਜਾਂ ਜਿਹੜੇ ਨੈਗੇਟਿਵ ਐਟਮਸ ਜਾਂ ਜਿਹੜੇ ਨੈਗੇਟਿਵ ਪਾਰਟੀਕਲਸ ਨੇ ਆਪਾਂ ਕਹਿ ਸਕਦੇ ਹਾਂ, ਉਹ ਐਪਰੀਸ਼ਨਸ ਜਿਹੜੀਆਂ ਨੇ ਉਹ ਜਿਹੜੀ, ਕਿਉਂਕਿ ਮੈਮਰੀ ਜਿਹੜੀ ਹੁੰਦੀ ਆ ਨਾ, ਇਹ ਸਾਇੰਟਿਸਟ ਵੀ ਮੰਨਦੇ ਨੇ ਵੀ ਕੋਈ ਚੀਜ਼ ਜੋ ਵਾਪਰ ਚੁੱਕੀ ਹੁੰਦੀ ਆ ਉਹਦੇ ਨਾਲ ਸੰਬੰਧਿਤ ਜੋ ਕਿਸੇ ਦੇ ਥੋਟ ਹੁੰਦੇ ਨੇ, ਸਾਊਂਡਸ ਹੁੰਦੀਆਂ ਨੇ, ਉਹ ਚੀਜ਼ਾਂ ਮਰਦੀਆਂ ਨਹੀਂ ਹੁੰਦੀਆਂ, ਮਟੀਰੀਅਲ 'ਚੋਂ ਨਿਕਲੀ ਹੋਈ ਕੋਈ ਵੀ ਐਨਰਜੀ, ਚਾਹੇ ਸਾਡਾ ਸਰੀਰ ਵੀ ਇੱਕ ਮਟੀਰੀਅਲ ਆ, ਉਹ ਮਰਦੀ ਨਹੀਂ ਹੁੰਦੀ ਇਸ ਦੁਨੀਆ 'ਚ, ਉਹ ਜਿਹੜੀ ਹੈਗੀ ਨੋਨ ਐਗਜ਼ਿਸਟੈਂਟ
ਸ਼ਿਫਟ ਨਹੀਂ ਹੋ ਸਕਦੀ, ਖਤਮ ਨਹੀਂ ਹੋ ਸਕਦੀ, ਉਹ ਇੱਥੇ ਹੀ ਕਿਤੇ ਨਾ ਕਿਤੇ ਟਰੈਵਲ ਕਰ ਰਹੀ ਹੈ। ਹੁਣ ਜਦੋਂ ਹੁਣ ਇਹਦੇ 'ਚ ਵੱਡੀ ਚੀਜ਼ ਹੈ ਜਿਹੜੀ ਗੋਸਟ ਦੇ ਮਾਮਲੇ ਦੇ ਵਿੱਚ, ਸਭ ਉਹਨਾਂ ਦੀ ਖੁਰਾਕ ਪਤਾ ਕੀ ਹੈ, ਉਹਨਾਂ ਦੀ ਖੁਰਾਕ ਹੈ ਡਰ ਦੀ ਫਰੀਕੁਐਂਸੀ। ਮਤਲਬ ਜਦੋਂ ਤੁਸੀਂ ਉਸ ਚੀਜ਼ ਨੂੰ ਡਰ ਦੀ ਫਰੀਕੁਐਂਸੀ ਦਿੰਦੇ ਹੋ, ਪਹਿਲੇ ਸਟੈਪ 'ਤੇ ਤੁਹਾਨੂੰ ਕੋਈ ਆਵਾਜ਼ ਸੁਣੀ, ਤੁਸੀਂ ਉਹਨੂੰ ਕੋਈ ਡਰ ਦੀ ਫਰੀਕੁਐਂਸੀ ਦਿੱਤੀ, ਤੁਸੀਂ ਉਹਦੇ ਬਾਰੇ ਕੋਈ ਮਤਲਬ ਡਰ ਦੇ ਇਮੋਸ਼ਨਸ ਆਪਣੇ ਮਨ ਦੇ ਵਿੱਚ ਲੈ ਆਉਂਦੇ, ਤਾਂ ਉਹ ਚੀਜ਼ ਤੁਹਾਨੂੰ ਹੌਲੀ ਹੌਲੀ ਤੁਹਾਡੀ ਲਾਈਫ 'ਚ ਜਾਂ ਤੁਹਾਡੀਆਂ ਸੈਂਸਿਸ ਨੂੰ ਮਹਿਸੂਸ ਹੋਣ ਲੱਗ ਜੂਗੀ, ਤੁਹਾਡੇ ਅੱਗੇ ਅਪੀਅਰ ਹੋਣ ਲੱਗ ਜੂਗੀ। ਤਾਂ ਇਸ ਕਰਕੇ ਇਹ ਕਿਤੇ ਨਾ ਕਿਤੇ ਸਾਡੇ ਜਿਹੜੇ ਬਜ਼ੁਰਗ ਕਹਿ ਦਿੰਦੇ ਨੇ ਬਿਲਕੁਲ, ਜਾਂ ਸਾਡੇ ਲੋਕ ਪੜ੍ਹੇ ਲਿਖੇ ਕਹਿ ਦਿੰਦੇ ਨੇ ਇਹ ਚੀਜ਼ ਬਿਲਕੁਲ ਨਹੀਂ ਹੈਗੀ, ਉਹਦੇ ਪਿੱਛੇ ਇਟ ਮੀਨਸ ਉਹਨਾਂ ਨੂੰ ਸਾਰਾ ਕੁਝ ਇਹ ਕਿਤੇ ਨਾ ਕਿਤੇ 60% ਬੰਦਿਆਂ ਨੂੰ ਪਤਾ ਹੈ, ਉਹ ਨਹੀਂ ਚਾਹੁੰਦੇ ਕੋਈ ਇਸ ਪਾਸੇ ਜਿਹੜੀ ਹੈ ਅਟੈਂਸ਼ਨ ਦੇਵੇ। ਉਸ ਅਟੈਂਸ਼ਨ ਦੇਣ ਦੇ ਨਾਲ ਵੀਰੋ ਕੀ ਹੁੰਦਾ ਹੈ ਕਿ ਇਹ ਚੀਜ਼ ਜਿਹੜੀ ਹੈ ਤੁਹਾਡੀ ਲਾਈਫ ਨੂੰ ਇਨਫਲੂਐਂਸ ਕਰਨ ਲੱਗ ਜਾਂਦੀ ਹੈ, ਪ੍ਰਭਾਵਿਤ ਕਰਨ ਲੱਗ ਜਾਂਦੀ ਹੈ, ਆਪਣੀ ਪ੍ਰੈਜੈਂਸ ਸ਼ੋ ਕਰਨ ਲੱਗ ਜਾਂਦੀ ਹੈ। ਇਸ ਕਰਕੇ ਪਹਿਲੀ ਗੱਲ ਵੀ ਇਸ ਤਰ੍ਹਾਂ ਦੀ ਕੋਈ ਚੀਜ਼ ਤੁਹਾਡੇ ਸੰਪਰਕ 'ਚ ਆਵੇ ਤਾਂ ਉਹਦੇ ਤੋਂ ਬਿਲਕੁਲ ਵੀ ਡਰ ਦੀ ਫਰੀਕੁਐਂਸੀ ਉਹਨੂੰ ਦੇਣੀ ਨਹੀਂ, ਸਮਝਦਾਰੀ ਦੇ ਨਾਲ ਐਂਡ ਲੌਜੀਕਲੀ ਉਹਨੂੰ ਡੀਲ ਕਰਨ ਦੀ ਕੋਸ਼ਿਸ਼ ਕਰਨੀ। ਉਹਨੂੰ ਡੀਲ ਕਰਨ ਦੇ ਕਈ ਮੈਥਡ ਨੇ ਵੀ ਉਸ ਜਗ੍ਹਾ ਤੋਂ ਜਿੱਥੇ ਇਹ ਚੀਜ਼ ਦੀ ਪ੍ਰੈਜੈਂਸ ਪਾਈ ਜਾਂਦੀ ਹੈ, ਤੁਸੀਂ ਉੱਥੋਂ ਮੈਟੈਲਿਕ ਚੀਜ਼ਾਂ ਜਿਹੜੀਆਂ ਨੇ ਹਟਾ ਦਿਓ, ਘੱਟ ਤੋਂ ਘੱਟ ਮੈਟਲ ਦੀਆਂ ਚੀਜ਼ਾਂ ਉੱਥੇ ਰੱਖੋ, ਤੇ ਉੱਥੇ ਲੱਕੜ ਦੀਆਂ ਚੀਜ਼ਾਂ ਜਾਂ ਕਾਗਜ਼ ਦੀਆਂ ਬੁੱਕਸ ਵਗੈਰਾ ਨੂੰ ਉਹ ਜਗ੍ਹਾ ਤੇ ਜ਼ਿਆਦਾ ਰੱਖੋ, ਜਾਂ ਜਿਹੜੀਆਂ ਹੈਗੀਆਂ ਨੇ ਮਤਲਬ ਉਹ ਉੱਥੇ ਨਮਕ, ਸੁੱਕਾ ਨਮਕ ਸਿੱਟੋ, ਨਮਕ ਜਿਹੜਾ ਨੈਗੇਟਿਵ ਐਨਰਜੀਜ਼ ਨੂੰ ਕਾਊਂਟਰ ਕਰਦਾ ਹੈ, ਤਾਂ ਉੱਥੇ ਜਿਹੜਾ ਸੁੱਕਾ ਕਾਲਾ ਨਮਕ ਸਿੱਟ ਸਕਦੇ ਹੋ, ਲੱਕੜ ਜਿਹੜੀ ਹੈ ਵੱਧ ਤੋਂ ਵੱਧ ਯੂਜ਼ ਕਰੋ, ਮਤਲਬ ਤਾਰਾਂ ਜੇ ਉੱਥੇ ਲੂਜ਼ ਤਾਰਾਂ ਹੋਣ ਕੋਈ ਕੋਸ਼ਿਸ਼ ਕਰੋ ਵੀ ਉੱਥੇ ਕਿਸੇ ਵੀ ਤਰ੍ਹਾਂ ਦੇ ਇਲੈਕਟ੍ਰਿਕ ਸਰਕਟ ਜਿਹੜੇ ਨੇ ਲੂਜ਼ ਨਾ ਹੋਣ, ਕਮ ਸੇ ਕਮ ਉਹ ਸਾਰੇ ਦੇ ਸਾਰੇ ਜਿਹੜੇ ਇਨਸੂਲੇਟਡ ਹੋਣ ਪ੍ਰੋਪਰਲੀ। ਸੋ ਵੀਰੋ ਮੇਰੀ ਤੁਹਾਨੂੰ ਬੇਨਤੀ ਹੈ ਵੀ ਅੱਗੇ ਤੋਂ ਜਿੰਨੇ ਵੀ ਪੈਰਾਨੋਰਮਲ ਫਿਨੋਮੀਨਾਜ਼ ਨੇ 500 ਤੋਂ ਉੱਪਰ ਮੈਂ ਸਕ੍ਰਿਪਟ ਕੀਤੇ ਹੋਏ ਨੇ, ਉਹਨਾਂ ਬਾਰੇ ਆਪਾਂ ਜਿਹੜੀ ਡਿਸਕਸ ਕਰਨੀ ਹੈ ਉਹਦੇ ਲਈ ਜਾਂ ਤਾਂ ਤੁਸੀਂ ਮੇਰਾ ਪੇਜ ਫੋਲੋ ਕਰੋ ਡਾਕਟਰ ਮਨਦੀਪ ਗੌੜ ਦੇ ਨਾਮ ਨਾਲ, ਮੇਰਾ ਜਿਹੜਾ ਹੈਗਾ ਪ੍ਰੋਫਾਈਲ ਹੈ ਇੱਕ, ਅਤੇ ਦੂਸਰਾ ਜਿਹੜਾ ਮੇਰਾ ਪੇਜ ਹੈ ਉਹ ਪਾਰਸ ਅਲਕੈਮੀ ਸਕੂਲ ਦੇ ਨਾਮ ਨਾਲ ਹੈ, ਜਲਦ ਹੀ ਮੈਂ ਉਹਦਾ ਨਾਮ ਚੇਂਜ ਕਰਨ ਵਾਸਤੇ ਅਪਲਾਈ ਕਰਤਾ। ਇੱਕ ਮੇਰਾ ਜਿਹੜਾ ਯੂਟਿਊਬ ਦੇ ਉੱਪਰ ਚੈਨਲ ਹੈ ਉਹਦਾ ਨਾਮ ਹੈਗਾ ਅਦ੍ਰਿਸ਼ਯਮ ਚੈਨਲ, ਜਾਂ